ਸਵੇਰੇ ਕਰੀਬ 5:30 ਵਜੇ ਆਲਟੋ ਗੱਡੀ ਵਿੱਚ 3 ਨੌਜਵਾਨ ਸਵਾਰ ਹੋ ਕੇ ਲੁਧਿਆਣੇ ਤੋਂ ਜਲੰਧਰ ਨੂੰ ਜਾ ਰਹੇ ਸੀ। ਲਾਡੋਵਾਲ ਫਲਾਈਓਵਰ ਦੇ ਥੱਲੇ ਖੰਭੇ ਦੇ ਪੋਲ ਵਿੱਚ ਗੱਡੀ ਵੱਜਣ ਕਾਰਨ ਗੱਡੀ ਨੇ 2-3 ਪਲਟੀਆਂ ਖਾਧੀਆਂ। ਗੱਡੀ ਵਿੱਚ ਜੋ 3 ਨੌਜਵਾਨ ਸੀ ਉਹ ਗੰਭੀਰ ਜ਼ਖਮੀ ਹੋ ਗਏ। ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਅਤੇ 108 ਦੀ ਮਦਦ ਨਾਲ ਫਿਲੌਰ ਸਿਵਲ ਹਸਪਤਾਲ ਉਹਨਾਂ ਨੂੰ ਪਹੁੰਚਾਇਆ ਗਿਆ। ਇਹਨਾਂ ਵਿੱਚੋਂ ਇੱਕ ਭਾਰਤ ਨਾਂ ਦਾ ਨੌਜਵਾਨ ਉਸਦੀ ਇਲਾਜ ਦੌਰਾਨ ਹੀ ਮੌਤ ਹੋ ਗਈ ਅਤੇ ਬਾਕੀ 2 ਨੌਜਵਾਨ ਮਨੀ ਅਤੇ ਮੁਕੇਸ਼ ਨੂੰ ਤੁਰੰਤ ਜਲੰਧਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਭਾਰਤ ਨਾਂ ਦਾ ਨੌਜਵਾਨ ਘੁਮਿਆਰ ਮੰਡੀ ਲੁਧਿਆਣੇ ਦਾ ਰਹਿਣ ਵਾਲਾ ਅਤੇ ਦੂਜੇ ਨੌਜਵਾਨ ਇੱਕ ਫਗਵਾੜੇ ਅਤੇ ਤੀਜਾ ਜਲੰਧਰ ਦਾ ਰਹਿਣ ਵਾਲਾ ਹੈ। ਅਤੇ ਜਾਣਕਾਰੀ ਅਨੁਸਾਰ ਲਾਡੋਵਾਲ ਦੇ ASI ਸੁਰਿੰਦਰਪਾਲ ਨੇ ਐਕਸੀਡੈਂਟ ਦੁਰਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਗੱਡੀ ਨੂੰ ਇੱਕ ਸਾਈਡ 'ਤੇ ਕਰਵਾ ਕੇ ਰੋਡ ਨੂੰ ਚਾਲੂ ਕਰਵਾਇਆ। ਮੇਰਾ ਨਾਂ ਸੁਰਿੰਦਰਪਾਲ ASI ਹੈ, ਮੈਂ ਅੱਜ ਡਿਊਟੀ ਅਫਸਰ ਸੀ। ਕਰੀਬ 4:30 ਵਜੇ ਦੀ ਗੱਲ ਹੈ, ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਕਾਰ ਜਿਹੜੀ ਹੈ ਉਹਦਾ ਐਕਸੀਡੈਂਟ ਹੋਇਆ। ਮੌਕੇ 'ਤੇ ਗਏ ਹਾਂ, ਉੱਥੇ ਇੱਕ ਨਾ ਖੰਭਾ ਆ ਪੋਲ ਜੇ 'ਤੇ ਇਹ ਲਗਾਉਂਦੇ ਨੇ, ਹੋਰਡਿੰਗ ਵਗੈਰਾ ਲਗਾਉਂਦੇ ਨੇ, ਉਹਦਾ ਬੈੱਡ ਜਿਹੜਾ ਆ ਉਹਦਾ ਬਣਿਆ ਹੋਇਆ ਉਹਦਾ ਜਿੱਦਾਂ ਸੀਮੈਂਟਡ। ਗੱਡੀ ਇੱਧਰੋਂ ਲੁਧਿਆਣੇ ਤੋਂ ਜਲੰਧਰ ਨੂੰ ਜਾ ਰਹੀ ਸੀ, ਉਹ ਸੀਮੈਂਟਡ ਜਿਹੜਾ ਉਹਦਾ ਬੈੱਡ ਸੀ ਉਹਦੇ 'ਚ ਵੱਜੀ ਹੈ। ਉਹ 'ਚ ਵੱਜ ਕੇ ਉੱਪਰ ਖੰਭੇ ਦੇ ਨਾਲ ਟਕਰਾਈ ਹੈ, ਖੰਭੇ ਨਾਲ ਟਕਰਾ ਕੇ ਗੱਡੀ ਭੁੱਖੀ ਹੋ ਗਈ ਅਤੇ 3 ਬੰਦੇ ਵਿੱਚ ਸਵਾਰ ਸੀਗੇ ਅਤੇ ਉਹਨਾਂ ਵਿੱਚ ਇੱਕ ਮਣੀ ਸੀ ਮੁੰਡੇ ਦਾ ਨਾਂ, ਇੱਕ ਮੁਕੇਸ਼ ਸੀਗਾ, ਇੱਕ ਭਰਤ ਸੀਗਾ। ਉਹਨਾਂ ਨੂੰ ਕਾਫੀ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਲੋਰ ਗਏ, ਫਲੋਰ ਤੋਂ ਬਾਅਦ ਸਿਵਲ ਹਸਪਤਾਲ ਪਹੁੰਚਾਇਆ। ਨਹੀਂ ਨਹੀਂ ਉਹ ਬਹੁਤ ਜ਼ਿਆਦਾ ਇੰਜਰਡ ਸੀਗੇ, ਗੱਡੀ 'ਚੋਂ ਕੱਢਿਆ ਉਹਨਾਂ ਨੂੰ ਬੜੀ ਮੁਸ਼ਕਿਲ ਨਾਲ ਅਤੇ ਉਹਦੇ ਵਿੱਚੋਂ 2 ਬੰਦੇ ਉਹਨਾਂ ਨੇ ਰੈਫਰ ਕੀਤੇ ਜਲੰਧਰ ਜੋਨ ਹਸਪਤਾਲ ਨੇ, ਮਣੀ ਅਤੇ ਮੁਕੇਸ਼। ਜਿਹੜਾ ਭਰਤ ਆ ਉਹ ਸਿਵਲ ਹਸਪਤਾਲ 'ਚ, ਉਹਦੀ ਡੈਥ ਹੋ ਗਈ। ਅਤੇ ਚਲੋ ਜੋ ਵੀ ਇਹਦੇ ਵਿੱਚ ਬਣਨਗੀ ਕਾਨੂੰਨੀ ਕਾਰਵਾਈ ਹੋਊਗੀ, ਨੈਕਸਟ ਅਮਲ 'ਚ ਲਿਆਵਾਂਗੇ। ਸਵੇਰੇ ਕਰੀਬ 5:30 ਵਜੇ ਆਲਟੋ ਗੱਡੀ ਵਿੱਚ 3 ਨੌਜਵਾਨ ਸਵਾਰ ਹੋ ਕੇ ਲੁਧਿਆਣੇ ਤੋਂ ਜਲੰਧਰ ਨੂੰ ਜਾ ਰਹੇ ਸੀ। ਲਾਡੋਵਾਲ ਫਲਾਈਓਵਰ ਦੇ ਥੱਲੇ ਖੰਭੇ ਦੇ ਪੋਲ ਵਿੱਚ ਗੱਡੀ ਵੱਜਣ ਕਾਰਨ ਗੱਡੀ ਨੇ 2-3 ਪਲਟੀਆਂ ਖਾਧੀਆਂ। ਗੱਡੀ ਵਿੱਚ ਜੋ 3 ਨੌਜਵਾਨ ਸੀ ਉਹ ਗੰਭੀਰ ਜ਼ਖਮੀ ਹੋ ਗਏ। ਆਸ ਪਾਸ ਦੇ ਲੋਕਾਂ ਦੀ ਮਦਦ ਨਾਲ ਅਤੇ 108 ਦੀ ਮਦਦ ਨਾਲ ਫਿਲੌਰ ਸਿਵਲ ਹਸਪਤਾਲ ਉਹਨਾਂ ਨੂੰ ਪਹੁੰਚਾਇਆ ਗਿਆ। ਇਹਨਾਂ ਵਿੱਚੋਂ ਇੱਕ ਭਾਰਤ ਨਾਂ ਦਾ ਨੌਜਵਾਨ ਉਸਦੀ ਇਲਾਜ ਦੌਰਾਨ ਹੀ ਮੌਤ ਹੋ ਗਈ ਅਤੇ ਬਾਕੀ 2 ਨੌਜਵਾਨ ਮਨੀ ਅਤੇ ਮੁਕੇਸ਼ ਨੂੰ ਤੁਰੰਤ ਜਲੰਧਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਭਾਰਤ ਨਾਂ ਦਾ ਨੌਜਵਾਨ ਘੁਮਿਆਰ ਮੰਡੀ ਲੁਧਿਆਣੇ ਦਾ ਰਹਿਣ ਵਾਲਾ ਅਤੇ ਦੂਜੇ ਨੌਜਵਾਨ ਇੱਕ ਫਗਵਾੜੇ ਅਤੇ ਤੀਜਾ ਜਲੰਧਰ ਦਾ ਰਹਿਣ ਵਾਲਾ ਹੈ। ਅਤੇ ਜਾਣਕਾਰੀ ਅਨੁਸਾਰ ਲਾਡੋਵਾਲ ਦੇ ASI ਸੁਰਿੰਦਰਪਾਲ ਨੇ ਐਕਸੀਡੈਂਟ ਦੁਰਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਗੱਡੀ ਨੂੰ ਇੱਕ ਸਾਈਡ 'ਤੇ ਕਰਵਾ ਕੇ ਰੋਡ ਨੂੰ ਚਾਲੂ ਕਰਵਾਇਆ। ਮੇਰਾ ਨਾਂ ਸੁਰਿੰਦਰਪਾਲ ASI ਹੈ, ਮੈਂ ਅੱਜ ਡਿਊਟੀ ਅਫਸਰ ਸੀ। ਕਰੀਬ 4:30 ਵਜੇ ਦੀ ਗੱਲ ਹੈ, ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਕਾਰ ਜਿਹੜੀ ਹੈ ਉਹਦਾ ਐਕਸੀਡੈਂਟ ਹੋਇਆ। ਮੌਕੇ 'ਤੇ ਗਏ ਹਾਂ, ਉੱਥੇ ਇੱਕ ਨਾ ਖੰਭਾ ਆ ਪੋਲ ਜੇ 'ਤੇ ਇਹ ਲਗਾਉਂਦੇ ਨੇ, ਹੋਰਡਿੰਗ ਵਗੈਰਾ ਲਗਾਉਂਦੇ ਨੇ, ਉਹਦਾ ਬੈੱਡ ਜਿਹੜਾ ਆ ਉਹਦਾ ਬਣਿਆ ਹੋਇਆ ਉਹਦਾ ਜਿੱਦਾਂ ਸੀਮੈਂਟਡ। ਗੱਡੀ ਇੱਧਰੋਂ ਲੁਧਿਆਣੇ ਤੋਂ ਜਲੰਧਰ ਨੂੰ ਜਾ ਰਹੀ ਸੀ, ਉਹ ਸੀਮੈਂਟਡ ਜਿਹੜਾ ਉਹਦਾ ਬੈੱਡ ਸੀ ਉਹਦੇ 'ਚ ਵੱਜੀ ਹੈ, ਉਹ 'ਚ ਵੱਜ ਕੇ ਉੱਪਰ ਖੰਭੇ ਦੇ ਨਾਲ ਟਕਰਾਈ ਹੈ, ਖੰਭੇ ਨਾਲ ਟਕਰਾ ਕੇ ਗੱਡੀ ਭੁੱਖੀ ਹੋ ਗਈ ਅਤੇ 3 ਬੰਦੇ ਵਿੱਚ ਸਵਾਰ ਸੀਗੇ ਅਤੇ ਉਹਨਾਂ ਵਿੱਚ ਇੱਕ ਮਣੀ ਸੀ ਮੁੰਡੇ ਦਾ ਨਾਂ, ਇੱਕ ਮੁਕੇਸ਼ ਸੀਗਾ,
ਇੱਕ ਭਰਤ ਸੀਗਾ, ਉਹਨਾਂ ਨੂੰ ਕਾਫੀ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਲੋਰ ਗਏ, ਫਲੋਰ ਤੋਂ ਬਾਅਦ ਸਿਵਲ ਹਸਪਤਾਲ ਪਜਾਇਆ। ਨਹੀਂ ਨਹੀਂ ਉਹ ਬਹੁਤ ਜ਼ਿਆਦਾ ਇੰਜਰਡ ਸੀਗੇ, ਗੱਡੀ 'ਚੋਂ ਕੱਢਿਆ ਉਹਨਾਂ ਨੂੰ ਬੜੀ ਮੁਸ਼ਕਿਲ ਨਾਲ, ਅਤੇ ਉਹਦੇ ਵਿੱਚੋਂ ਦੋ ਬੰਦੇ ਉਹਨਾਂ ਰੈਫਰ ਕੀਤੇ ਜਲੰਧਰ ਜੋਨ ਹਸਪਤਾਲ ਨੇ, ਮਣੀ ਅਤੇ ਮੁਕੇਸ਼। ਜਿਹੜਾ ਭਰਤ ਆ ਉਹ ਸਿਵਲ ਹਸਪਤਾਲ 'ਚ, ਉਹਦੀ ਡੈਥ ਹੋ ਗਈ। ਅਤੇ ਚਲੋ ਜੋ ਵੀ ਇਹਦੇ ਵਿੱਚ ਬਣਨਗੀ ਕਾਨੂੰਨੀ ਕਾਰਵਾਈ ਹੋਊਗੀ, ਨੈਕਸਟ ਅਮਲ 'ਚ ਲਿਆਵਾਂਗੇ।